ਸਾਰੇ ਗੱਡੀ ਨਿਜ਼ਰਦੇ ਪਏ ਆ ਬਾਈ ਜਾਨ। ਠੀਕ ਹੈ, ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜੀ? ਠੀਕ ਠਾਕ, ਖੈਰ ਖੈਰੀਅਤ, ਉਮੀਦ ਕਰੇ ਨਾ ਤੁਸੀਂ ਠੀਕ ਹੋ। ਸੋ ਮੈਂ ਵੀ ਠੀਕ ਹਾਂ ਅਲਹਮਦੁਲਿਲਾ ਬਾਈ ਜਾਨ। ਬਗੈਰ ਟਾਈਮ ਜ਼ਾਇਆ ਕੀਤਾ ਸਿੱਧਾ ਵੀਡੀਓ ਦੀ ਤਰਫ ਚੱਲਦੇ ਹਾਂ ਬਾਈ ਜਾਨ। ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਨਾ, ਬਹੁ ਅਹਿਮ ਔਰ ਬਿਹਤਰੀਨ ਵੀਡੀਓ ਹੈ। ਗਾਲ ਤਵੱਜੋ ਨਾਲ ਸੁਣਨੀ ਹੈ, ਗਾਲ ਮੁਕੰਮਲ ਸੁਣਨੀ ਹੈ। ਸਭ ਤੋਂ ਪਹਿਲੇ ਹਾਂਜੀ, ਨਦੀਮ ਸਾਹਿਬ ਦੀ ਗੱਡੀ ਤਿਆਰ ਥੀ ਗਈ ਹੈ, ਲੋਡ ਥੀ ਗਈ ਹੈ। ਉਹ ਦੇਖੋ ਗੱਡੀ ਲੋਡ ਕਰਕੇ ਪਿਸ਼ਾਵਰ ਚਲੀ ਗਈ ਹੈ। ਉਹ ਗੱਡੀ ਦੀ ਵੀਡੀਓ ਦੇਖੋ, ਉਹ ਤੋਂ ਬਾਅਦ ਆਪਾਂ ਗੱਲ ਕਰੇ ਨੇ ਜੀ। ਬਾਈ ਜਾਨ ਇਹ ਦੇਖੋ, ਬਾਈ ਜਾਨ ਇਹ ਗੱਡੀ ਹੈ ਤੁਹਾਡੀ, ਮਾਸ਼ਾਅੱਲਾ ਸਾਰੀ ਤਿਆਰ ਥੀ ਗਈ ਹੈ। ਅੱਜ ਹੁਣ ਖੈਰ ਨਾਲ ਇਨਸ਼ਾਅੱਲਾ ਲੋਡਿੰਗ 'ਤੇ ਗਹਿਣ ਕੇ ਆਏ ਖੜੇ, ਪਿਸ਼ਾਵਰ ਦਾ ਲੋਡ ਕਰਾਉਂਦੇ ਪਏ ਅਰਬੀ। ਠੀਕ ਹੋ ਗਿਆ ਬਾਈ ਜਾਨ? ਸਾਰੀ ਗੱਡੀ ਨਿਜ਼ਰਦੀ ਪਈ ਹੈ ਬਾਈ ਜਾਨ। ਠੀਕ ਹੈ, ਬਾਕੀ ਅੱਲਾ ਖੈਰ ਕਰੇ, ਦੁਆ ਕਰਾਏ ਅੱਲਾ ਤਾਲਾ ਤੰਦਰੁਸਤੀ ਖੈਰ ਖਰੀਅਤ ਨਾਲ ਚਲਾਵੇ ਅਤੇ ਖੈਰ ਖਰੀਅਤ ਨਾਲ ਚੱਲੇ ਬਸ। ਇਹ ਮਾਸ਼ਾਅੱਲਾ ਖੈਰ ਨਾਲ ਇਹ ਠੀਕ ਗਈ ਹੈ, ਲੋਡਿੰਗ ਸ਼ੁਰੂ ਠੀਕ ਗਈ ਹੈ। ਇਨਸ਼ਾਅੱਲਾ ਸਾ ਕੋ ਘੰਟੇ ਡੇਢ ਦੇ ਵਿੱਚ ਇਨਸ਼ਾਅੱਲਾ ਕੱਢ ਛੁੜੇ ਸਨ। ਇਹ ਦੇਖੋ ਬੋਰੀਆਂ ਲੋਡ ਥੀਂਦੀਆਂ ਪਈਆਂ ਨੇ, ਦੁਆ ਕਰਾਏ ਖੈਰ ਖਰੀਅਤ ਨਾਲ। ਹਾਂ ਚੈੱਕ ਨਹੀਂ ਕਰਾ ਰਿਹਾ, ਵੀਡੀਓ ਬਣਾ ਰਿਹਾ। ਉਹਨਾਂ ਨੂੰ ਕਹਿੰਦੇ 10 ਕਿਨੂੰ ਭੇਜਣੀ ਹੈ। ਅੱਛਾ, ਇਹ ਕਸੂਰੀ ਹਲਦੀ ਹੈ, ਕਸੂਰੀ ਅਰਬੀ 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 ਸੌਰੀ ਅਰਬੀ। ਇਹ ਸਾਰੇ ਕਸੂਰ ਦੇ ਬੰਦੇ ਆਏ ਨੇ ਇੱਥੇ ਮੁਲਤਾਨ ਦੇ ਵਿੱਚ ਕਮਾਉਣ ਵਾਸਤੇ। ਠੀਕ ਹੈ ਜੀ। ਅੱਛਾ ਤਾਂ ਬਾਈ ਜਾਨ, ਗੱਲ ਇਹ ਵੀਡੀਓ ਤੁਸੀਂ ਡੇਗੀ ਦੀ ਹੋ ਸੀ, ਗੱਲ ਇਹ ਬਾਈ ਜਾਨ, ਕਾਫੀ ਦੋਸਤ ਭਰਾ ਮੇਰੇ ਕੋ ਮੈਸੇਜ ਕਰੇਂਦੇ ਖੜੇ ਨੇ ਕਿ ਹਾਜੀ ਨਦੀਮ ਦੀ ਗੱਡੀ, ਕਮੈਂਟ ਵੀ ਇੱਕ ਦੋ ਆਏ ਨੇ, ਹਾਜੀ ਨਦੀਮ ਦੀ ਗੱਡੀ ਤੂੰ ਨਾ ਛੋੜਿਆ, ਹਾਜੀ ਨਦੀਮ ਦੀ ਗੱਡੀ ਚਲਾਵਿਆ, ਕਿਉਂਕਿ ਗੱਡੀ ਦੇ ਉੱਤੇ ਕਰਜ਼ਾ ਹੈ, ਲਿਹਾਜ਼ਾ ਤੂੰ ਖੁਦ ਚਲਾਵਿਆ ਅਤੇ ਕਰਜ਼ਾ ਲਹਾਵਿਆ। ਬਾਈ ਜਾਨ ਗੱਲ ਤੁਹਾਡੀ ਠੀਕ ਹੈ, ਬਿਹਤਰੀਨ ਰਾਏ ਦਿੱਤੀ ਹੈ ਤੁਸਾਂ ਕਿ ਮੈਂ ਖੁਦ ਚਲਾਵਾਂ, ਮਿਹਨਤ ਕਰਾਂ, ਮਗਰ ਸ਼ਰਤ ਇਹ ਹੈ ਹਾਜੀ ਨਦੀਮ ਸਾਹਿਬ, ਕੋਈ ਮੈਂ ਗੱਡੀ ਲੋਡ ਕਰਾ ਅਤੇ ਭੇਜੀਏ ਪਿਸ਼ਾਵਰ ਗਿਆ ਖੜੇ। ਪਿਸ਼ਾਵਰ ਤੋਂ ਹੁਣ ਮੈਂ ਕੋਈ ਰਾਬਤਾ ਕੀਤੇ ਬਈ ਤਿਆਰ ਬਾਹੇ ਮੈਂ ਆਉਂਦਾ ਪਿਆ ਅਤੇ ਮੁਲਤਾਨ ਨੂੰ ਸਿੰਧ ਦਾ ਮਾਲ ਬਾਹਰ ਕਿਹਾ ਸਾਂ ਅਤੇ ਨਾਲ ਵੰਜਣੇ ਗੱਡੀ 'ਤੇ। ਅਤੇ ਬਾਈ ਜਾਨ ਮੈਂ ਉਹਨੂੰ ਵੀ ਆਖੀ ਮੀ ਤੁਹਾਕੂ ਵੀ ਦੱਸਿੰਦਾ ਪਿਆ, ਜਿਸ ਟਾਈਮ ਅਸਾਂ ਐਫ ਬੀ ਗਿੱਧੀ ਆਈ ਚਲੇਂਦੇ ਪਿਆ ਸੀ, ਹਾਜੀ ਸਾਹਿਬ ਹੋਰੀ ਸਾਊਦੀਆ ਹਨ ਅਤੇ ਸੁਪਰ ਨਾਲ ਸਾਡਾ ਸੌਦਾ ਥੀਵਣ ਪਏ ਅਤੇ ਹਾਜੀ ਸਾਹਿਬ ਹੋਰਾਂ ਨਾਲ ਮੈਂ ਰਾਏ ਕੀਤੀ ਆਈ ਵੀ ਸੁਪਰ ਗੱਡੀ ਮਿਲਦੀ ਹੈ ਅਗਰ ਤੂੰ ਗਿਣੇ ਤਾਂ। ਉਹ ਆਖੇ ਜੀ ਠੀਕ ਹੈ, ਸੁਪਰ ਗੱਡੀ ਗਿਣੇ, ਸ਼ੌਕ ਵੱਡੀ ਗੱਡੀ ਦਾ ਮੇਰੇ ਕੋਲ ਵੀ ਆਈ, ਐਫ ਬੀ ਖੁੱਲਦਾ ਰਹਿ ਕੇ ਮੈਂ ਥੋੜ੍ਹਾ ਕਚਰਾ ਨਾ ਆਵੀਂ। ਅਤੇ ਹਾਜੀ ਸਾਹਿਬ ਕੋ ਵੀ ਇਹੋ ਸ਼ੌਕ ਆਈ ਵੀ ਵੱਡੀ ਗੱਡੀ ਹੋਵੇ, ਪਿੱਛੋਂ ਸਾਂਭਣ ਦੀ ਜਾ ਹੋਵੇ। ਠੀਕ ਹੈ ਜੀ, ਪੀਰ ਕੋ ਅਸਾਂ ਆਖਿਆ ਜੀ ਸਾਡੇ ਨਾਲ ਗੱਡੀ ਤੇਰੀ ਅੱਗਾਂ ਵੇਚਣ ਤੋਂ ਬਜਾਏ ਸੌਦਾ ਕਰ ਗਿਣ ਸਾਡੇ ਨਾਲ, ਐਫ ਬੀ ਗਿਣੋ ਅਤੇ ਸਾਕੂ ਸੁਪਰ ਦੇ ਦਿਓ। ਪੀਰ ਸਿੰਘ ਹੋਰੀ ਸੋਚ ਸਮਝ ਕੇ ਫੈਸਲਾ ਇਹ ਕੀਤਾ, ਊਂ ਸਾਕੂ ਆਖਿਆ ਬਿਲਾਲ ਬਾਈ ਗੱਲ ਇਹ, ਸੁਪਰ ਮੈਂ ਦੇਸਾਂ ਐਫ ਬੀ ਗਿਣਸਾਂ ਇੱਕ ਸ਼ਰਤ ਦੇ ਉੱਤੇ, ਕਿਉਂਕਿ ਸੁਪਰ ਜਿਹੜੀ ਮੇਰੀ ਗੱਡੀ ਹੈ ਨਾ, ਮੈਂ ਉਹਦਾ ਟਰੇਲਾ ਬਣਵਾਵਾਂ, ਡਾ ਵੀਲਰ ਬਣਵਾਵਾਂ, ਸੈਂਪਲ ਬਣਵਾਵਾਂ, ਮਜ਼ਦਾ ਬਣਵਾਵਾਂ, ਜਿਹੜੇ ਹਾਲਾਤ ਜੋ ਕੋ ਰੱਖਾਂ ਅਤੇ
ਉਹ ਮੇਰੀ ਬਣ ਵੇ ਸੀ ਗੱਡੀ, ਮੈਂ ਅਸਾਂ ਟਰੇਲੇ ਰੱਖਣ ਵਾਲੇ ਹਾਂ, ਵੱਡੀਆਂ ਗੱਡੀਆਂ ਰੱਖਣ ਵਾਲੇ ਹਾਂ, ਮਸਜਿਦ ਦੇ ਵਿੱਚ ਸਾਡਾ ਕੋਈ ਨਾ ਕੋਈ ਕੰਮ ਹੈ ਨਾ ਅਸਾਂ ਕੋਈ ਸ਼ੌਕ ਹੈ। ਲਿਹਾਜ਼ਾ ਐਫ ਬੀ ਜਿਹੜੀ ਹੈ ਉਹ ਸਿਵਾਏ ਐਫ ਬੀ ਦੇ ਕੋਈ ਚੀਜ਼ ਨਹੀਂ ਬਣਦੀ, ਉਹ ਐਫ ਬੀ ਰਹਿੰਦੀ ਹੈ। ਅਤੇ ਐਫ ਬੀ ਲਿਹਾਜ਼ਾ ਮੈਂ ਨਹੀਂ ਗਿਣਨਾ ਚਾਹੁੰਦਾ। ਇੱਕ ਸ਼ਰਤ ਦੇ ਉੱਤੇ ਪੀਰ ਆਦਾ ਪਏ ਕਿ ਇੱਕ ਸ਼ਰਤ ਦੇ ਉੱਤੇ ਐਫ ਬੀ ਮੈਂ ਗਿਣਸਾਂ। ਅਸਾਂ ਆਖਿਆ ਜੀ ਤੁਸੀਂ ਆਪਣੀ ਸ਼ਰਤ ਦੱਸੋ, ਤੁਸੀਂ ਐਫ ਬੀ ਸਾਡੇ ਕੋਲੋਂ ਕਿਸ ਸ਼ਰਤ 'ਤੇ ਗਿਣਸੋ? ਪੀਰ ਨੇ ਆਖਿਆ ਵੀ ਐਫ ਬੀ ਮੈਂ ਇਸ ਸ਼ਰਤ 'ਤੇ ਗਿਣਸਾਂ ਕਿ ਗੱਡੀ ਐਫ ਬੀ ਤੇਰੇ ਕੋਲ ਰਹਾ ਸੀ ਔਰ ਤੂੰ ਚੱਲੇ ਸੀ, ਤੇਰੇ ਵਾਸਤੇ ਮੈਂ ਗਿਣਨਾ, ਤੇ ਕੋ ਗਿਣਦੇ ਨਾ ਚਲਾ ਰੋਜ਼ੀ ਕਰ, ਕੁਛ ਬੱਚੇ ਮੇਰੇ ਕੋ ਡੇਵੀ ਨਾ ਤਾਂ ਤੂੰ ਆਪਣੀ ਰੋਜ਼ੀ ਕਰ, ਤੇ ਕੋ ਮੈਂ ਗਿਣਤੇ ਦੇ ਦੇਣਾ ਗੱਡੀ, ਤੂੰ ਸਾਡਾ ਦੋਸਤ ਹੈ ਫਿਰਾਈ, ਅਤੇ ਹਾਜੀ ਨਦੀਮ ਕੋ ਮੈਂ ਸੁਪਰ ਦੇ ਦੇਣਾ, ਅਗਰ ਨਹੀਂ ਤੂੰ ਨਹੀਂ ਚੱਲੇਂਦਾ ਨਹੀਂ ਗਿਣਦਾ ਗੱਡੀ ਤਾਂ ਮੈਂ ਐਫ ਬੀ ਨਹੀਂ ਗਿਣਦਾ, ਮੈਂ ਕੋਈ ਆ ਸੁਪਰ ਠੀਕ ਹੈ। ਮੈਂ ਕਿਹਾ ਜੀ ਸਾਨੂੰ ਸੋਚਣ ਦਾ ਥੋੜ੍ਹਾ ਮੌਕਾ ਦਿੱਤਾ ਵਂਜੇ। ਉਹਤੋਂ ਬਾਅਦ ਬਾਈ ਜਾਨ ਮੈਂ ਰਾਬਤਾ ਕੀਤਾ ਹਾਜੀ ਸਾਹਿਬ ਨਾਲ, ਮੈਂ ਕਿਹਾ ਬਈ ਪੀਰ ਸਿੰਘ ਹੋਰੀ ਜਿਹੜਾ ਨਾ ਮੁਤਾਲਬਾ ਇਹ ਕਰਦੇ ਪੈਣ ਕਿ ਸਾਕੂ ਸੁਪਰ ਤੁਹਾਕੂ ਇਸ ਤਰੀਕੇ ਨਾਲ ਅਸਾਂ ਦੇਣੇ, ਜੇ ਤੁਸਾਂ ਐਫ ਬੀ ਮਲੰਗੀ ਚਲਾਵੇ ਤਾਂ ਮੈਂ ਗਿਣਨਾ, ਨਾ ਤਾਂ ਕੋਈ ਨਹੀਂ ਗਿਣਦਾ। ਹੁਣ ਕਿਆ ਰਹੇ ਹਾਜੀ ਨਦੀਮ ਮੇਰੇ ਕੋ ਆਖਿਆ ਵੀ ਤੂੰ ਜਿਹੜਾ ਹੈ ਨਾ ਹਾਂ ਕਰ ਦੇ। ਮੈਂ ਕਿਹਾ ਸੋਚ ਕੇ ਨੂੰ ਆਖੇ ਤੂੰ ਹਾਂ ਕਰ ਦੇ, ਵੱਡੀ ਗੱਡੀ ਬਣਵੇ ਸੀ, ਮੈਂ ਉਹ ਵਾਪਸ ਆਉਣਾ ਚਾਹੁੰਦਾ, ਮੈਂ ਸਾਊਦੀਆ ਨਹੀਂ ਆਉਣਾ ਚਾਹੁੰਦਾ, ਮੈਂ ਵਾਪਸੀ ਆ ਸਾਂ, ਇੱਕ ਗੱਡੀ ਮੈਂ ਚੱਲੇ ਸਾਂ, ਇੱਕ ਤੂੰ ਚਲਾਵੀ, ਰਲੇ ਵਧੇ ਰਾਸੂੰ, ਯਾ ਵੱਲ ਐਫ ਬੀ ਮੈਂ ਚੱਲੇ ਸਾਂ ਤਾਂ ਤੂੰ ਸੁਪਰ ਚਲਾਵੀਂ, ਜੇ ਮੈਂ ਸੁਪਰ ਚੱਲੇ ਸਾਂ ਤਾਂ ਤੂੰ ਐਫ ਬੀ ਚਲਾਵੀਂ, ਬਹਰਹਾਲ ਤੂੰ ਹਾਂ ਕਰ ਦੇ ਪੀਰ ਕੋ। ਮੈਂ ਕਿਹਾ ਵੀ ਸੋਚ ਗਏ ਨਾ ਅਗਰ ਅੱਜ ਕੋ ਅਸਾਂ ਹਾਂ ਕਰਦੇ ਪਏ ਤਾਂ ਕੱਲ੍ਹ ਕੋ ਗੱਡੀ ਪੀਰ ਦੀ ਮੇਰੇ ਕੋਲ ਚਲਾਵਣੀ ਪਊ ਸੀ, ਐਫ ਬੀ ਆਪਣੇ ਕੋਲ ਰੱਖਣੀ ਪਊ ਸੀ। ਉਹ ਆ ਕੇ ਯਾਰ ਤੂੰ ਸੌਦਾ ਕਰ ਹਾਂ ਕਰ, ਅੱਗਾ ਅੱਲਾ ਵਾਰੇ ਸੇ ਡਿੱਠਾ ਵੇ ਸੀ। ਬਾਈ ਜਾਨ ਮੈਂ ਪੀਰ ਕੋ ਫੋਨ ਕੀਤਾ, ਮੈਂ ਕਿਹਾ ਪੀਰ ਜੀ ਸੌਦਾ ਪੱਕਾ ਥੀ ਗਿਆ, ਮੈਂ ਗੱਡੀ ਐਫ ਬੀ ਰੱਖਸਾਂ ਆਪਣੇ ਕੋਲ ਚਲੇ ਸਾਂ, ਅਤੇ ਸੁਪਰ ਡੇ ਐਫ ਬੀ ਚੈੱਕ ਗਿਨੋ। ਉਹਨਾਂ ਆ ਕੇ ਜੀ ਠੀਕ ਹੈ ਗਿਣਾਓ, ਮੈਂ ਜੀ ਤੂੰ ਗੱਡੀ ਗਿਣ ਅਤੇ ਬਾਜ ਪਿਓ ਮੈਂ ਸੁਪਰ, ਇਹ ਐਫ ਬੀ ਪੰਪ ਦੇ ਉੱਤੇ ਖੜੀ ਕੀਤੀ ਉੱਥੋਂ ਸੁਪਰ ਛਿੱਕੀ, ਇੱਥਾਂ ਆ ਗਿਆ, ਬਾਕੀ ਲੈਣ ਤੈਨ ਦਾ ਹੀ ਅਸਾਂ ਸੌਦਾ ਵਟਾ ਕਰ ਕੇ ਤਾਂ ਗਾਲ ਓਕੇ ਥੀ ਗਈ। ਜਦੋਂ ਗਾਲ ਓਕੇ ਥੀ ਗਈ ਪੀਰ ਮੇਰੇ ਕੋਲ ਆਖਿਆ ਬਈ ਇਹ ਗੱਡੀ ਤਾਂ ਪੰਪ ਦੇ ਉੱਤੇ ਖੜੀ ਸਹੀ, ਤੂੰ ਇਹ ਸੁਪਰ ਖੜਾਈਆ ਅਤੇ ਪਰਸੋਂ ਆ ਕੇ ਆਪਣਾ ਐਫ ਬੀ ਛਿੱਕ ਵੰਜ, ਪੇਸ਼ਕੀ ਗਿਣ ਵੰਜ, ਜਿੱਡੇ ਮਰਜ਼ੀ ਆਵੇ ਛਿੱਕ ਵੰਜ। ਮੈਂ ਉਹ ਕੁਆਦਾ ਪਿਆ ਮੁਰਸ਼ਦ ਗਾਲ ਇਹ ਤੂੰ ਡਰਾਈਵਰ ਖੜਾ ਗੱਡੀ ਦੇ ਉੱਤੇ ਐਫ ਬੀ ਚਲਵਾ, ਜਿਸ ਟਾਈਮ ਹਾਜੀ ਨਦੀਮ ਸਾਊਦੀ ਚੋਂ ਆਵੇ ਸੀ ਮੈਂ ਗੱਡੀ ਉਹਦੀ ਕੰਮ ਸ਼ੰਮ ਕਰਾ ਕੇ ਫਰੇਮ ਸ਼ਰੇਮ ਦਾ ਸਿੱਧੀ ਪੱਧਰੀ ਕਰਾ ਕੇ ਕੋਈ ਇੱਕ ਜਾਂ ਦੋ ਚੱਕਰ ਲੈ ਸਾਂ, ਮੈਂ ਐਡੇ ਓਡੇ ਸਿੰਧ ਦੇ ਕੋ ਟੁਰੇ ਸਾਂ ਫਿਰੇ ਸਾਂ, ਗੱਡੀ ਚੈੱਕ ਕਰੇ ਸਾਂ, ਜਲ ਦੇਖ ਸਾਂ ਗੱਡੀ ਪੂਰੀ ਹੈ, ਹਾਜੀ ਨਦੀਮ ਕੋ ਦੇ ਕੇ ਮੈਂ ਆਵੇ ਸਾਂ। ਉਹ ਆਖੇ ਚਲੋ ਕੋਈ ਨਹੀਂ ਬਿਲਾਲ ਭਾਈ, ਡਾਢੀ ਵੀਹ ਨਹੀਂ ਮਹੀਨਾ ਤੇ ਕੋਈ ਛੂਟ ਹੈ, ਤੂੰ ਸੁਪਰ ਦਾ ਕੰਮ ਸ਼ੰਮ ਕਰਾ ਕੇ ਹਾਜੀ ਦੇ ਸਿਰੇ ਕਰ ਗਿਣ, ਅਤੇ ਤੈਂ ਚਲਾਵਣੀ ਐਫ ਬੀ ਹੈ, ਮੈਂ ਖੜੀ ਕਰ ਦੇਣਾ। ਮੈਂ ਆਖਿਆ ਜੀ ਖੜੀ ਕਰੇ ਸੀ ਤਾਂ ਵੱਧ ਤਾਂ ਜਿਵੇਂ ਸਮਝੋ ਮੇਰੇ ਸਿਰੇ ਹੋਵੇ ਨਾ ਤਾਂ ਕੋਈ ਡਰਾਈਵਰ ਭਿਜਵਾ ਤੇ ਕੋਈ ਇੱਕ ਵਾਰੀ ਕਢਾ ਛੋੜਾਂ, ਉਹ ਜੀ ਡਰਾਈਵਰ ਭਿਜਾ ਤੇ ਕਢਾਇਆ, ਗੱਡੀ ਨਾ ਕੋਈ ਕਮੱਤੀ ਹੈ ਐਫ ਬੀ ਹੂੰ ਡੀ ਤੋਂ ਬਾਅਦ ਨਾ ਕਈ ਸ਼ੈ, ਉਹ ਹੱਥੋਂ ਉਜਾੜ ਅਤੇ ਪੇਸ਼ਕਾਂ ਮੁਕਾ ਅਤੇ ਦੂਸਰਾ ਡਰਾਈਵਰ ਬਦਲੀ ਤੀ ਅਤੇ ਆ ਤੇ ਖੜੀ ਕਰ ਗਏ। ਚਲੋ ਜੀ ਗੱਡੀ ਤਿਆਰ ਥੀ ਗਈ ਸੁਪਰ ਹਾਜੀ, ਅਤੇ ਮੈਂ ਕੁਏਟਾ ਗਿਆ, ਕੁਏਟੇ ਤੋਂ ਵਾਪਸੀ ਆਈ ਨਹੀਂ, ਗੱਡੀ ਦਾ ਐਕਸੀਡੈਂਟ ਥੀ ਪਿਆ। ਚਲੋ ਗੱਡੀ ਦਾ ਐਕਸੀਡੈਂਟ ਥੀ ਪੇ, ਪੀਰ ਕੋ ਮੈਂ ਫੋਨ ਕੀਤੇ, ਮੈਂ ਕਿਹਾ ਪੀਰ ਜੀ ਮੈਂ ਨਹੀਂ ਆ ਸਕਦਾ, ਲਿਹਾਜ਼ਾ ਗੱਡੀ ਦਾ ਐਕਸੀਡੈਂਟ ਥੀ ਗਏ, ਮੈਂ ਗੱਡੀ ਬਣਵੇ ਸਾਂ ਜੁੜਵੇ ਸਾਂ, ਰੋਡ ਦੇ ਉੱਤੇ ਗੱਡੀ ਨਿਕਲ ਸੀ ਤਾਂ ਮੈਂ ਆਸਾਂ, ਨਾ ਤਾਂ ਮੈਂ ਨਹੀਂ ਆਉਂਦਾ ਹਾਲੀ, ਜੇ ਤੱਕ ਹਾਜੀ ਨਦੀਮ ਕਈ ਖਾਤੇ ਨਹੀਂ ਲੱਗਦਾ ਉਹ ਤੱਕ ਲਿਹਾਜ਼ਾ ਮੈਂ ਕੋਈ ਛੁੱਟੀ ਦੇ, ਲਿਹਾਜ਼ਾ ਮੈਂ ਕਿਹਾ ਮੇਰੇ ਕੋ ਤੁਸੀਂ ਛੁੱਟੀ ਦਿਓ, ਮੈਂ ਗੱਡੀ ਬਣਵਾ ਕੇ ਹਾਜੀ ਕੋ ਰੋਡ ਦੇ ਟੁਰੇ ਸਾਂ ਅਤੇ ਆਸਾਂ, ਨਾ ਤਾਂ ਮੈਂ ਨਹੀਂ ਆਉਂਦਾ। ਉਹ ਆ ਕੇ ਬਿਲਾਲ ਭਾਈ ਕੋਈ ਗੱਲ ਨਹੀਂ, ਸਾਕੋ ਅਫਸੋਸ ਅਤੇ ਤਕਲੀਫ ਥਈ ਹੈ, ਨੁਕਸਾਨ ਥੀ ਗਏ ਹਾਜੀ ਸਾਹਿਬ ਦਾ, ਲਿਹਾਜ਼ਾ ਤੁਸੀਂ ਗੱਡੀ ਬਣਵਾਓ ਤਿਆਰ ਕਰੋ ਹਾਜੀ ਕੋ, ਉਸ ਤੋਂ ਬਾਅਦ ਜਿਸ ਟਾਈਮ ਤੁਹਾਕੂ ਵਾਂਦ ਮਿਲੇ ਇਹ ਸ਼ਾਹਜ਼ੋਰ ਇਹ ਪੋਟਰ ਗੱਡੀ
ਔਰ ਐਫ ਬੀ ਏ ਦੋਹੇ ਗੱਡੀਆਂ ਤੇਜ਼ ਹਨ, ਜਿਹੜੀ ਦਿਲ ਕਰੇ ਚਲਾ, ਜਿਹਦੇ ਦਿਲ ਕਰੇ ਚਲਾ, ਦੋਹੇ ਛਿੱਕ ਵੰਜੇ ਤਾਂ ਤੂੰ ਛਿੱਕ ਵੰਜ, ਮਗਰ ਤੇਕੋ ਮੇਰੇ ਨਾਲ ਜ਼ਬਾਨ ਕੀਤੀ ਆਈ ਤੇਕੋ ਆਵਣਾ ਪੋਸੀ। ਮੈਂ ਕਿਹਾ ਜੀ ਮੁਰਸ਼ਿਦ ਬਿਲਕੁਲ ਮੈਂ ਜ਼ਬਾਨ ਕੀਤੀ ਆਈ ਔਰ ਮੈਂ ਆਸਾਂ। ਮੈਂ ਜਨਾਬ ਸੁਪਰ ਬਣਨੇ ਖੜੀ ਕਰ ਦਿੱਤੀ ਹੈ, ਪੀਰ ਕੋਲੋਂ ਵੀ ਕੁਝ ਦਸਤੀ ਪੈਸੇ ਗਿੱਧਨ, ਬਾਕੀ ਦੋਸਤਾਂ ਕੋਲੋਂ ਵੀ ਗਿੱਧਨ। ਮੈਂ ਗੱਡੀ ਤਿਆਰ ਕਰਾਈਏ, ਉਧਾਰੀ ਕਰਾਈਏ, ਮਾਰਕੀਟ 'ਚ ਜੋ ਕਰਾਏ, ਗੱਡੀ ਤਿਆਰ ਕਰਕੇ ਹਾਜੀ ਨਦੀਮ ਦੇ ਸਿਰੇ ਕਰ ਦਿੱਤੀ ਹੈ। ਮੈਂ ਉਹ ਸ਼ਾਹਜ਼ੋਰ ਦੇ ਉੱਤੇ ਚੱਕਰ ਲਾਵਣ ਗਈਆਂ, ਇੰਜਾ ਸਿੰਧ ਦਾ ਹੀ ਲਾਇਆ ਚੱਕਰ, ਇੱਕ ਧਨੋਟ ਗਈਆਂ, ਉੱਥੋਂ ਵਲਦਾ ਮੁਲਤਾਨ ਦਾ ਵਾਪਸੀ ਆ ਗਿਆ ਮੁਲਤਾਨ। ਆ ਕੇ ਗੱਡੀ ਖੜੀ ਕੀਤੀ ਹੈ ਪੀਰ ਕੋਲ, ਮੈਂ ਕਿਹਾ ਵੀ ਮੈਂ ਛੋਟੀ ਗੱਡੀ ਨਹੀਂ ਚੱਲਦਾ, ਮੈਂ ਇਹਦੇ ਵਿੱਚ ਸਮ ਨਹੀਂ ਸਕਦਾ। ਮੈਂ ਤਾਂ ਬੁੱਢੜਾ ਬੰਦਾ, ਮੈਂ ਕੋਈ ਡਰਾਈਵਰੀ ਦਾ ਸ਼ੌਕ ਕਹਿ ਨਹੀਂ, ਮੈਂ ਤਾਂ ਆਪਣਾ ਸਕੂਨ ਚਾਹੀਦਾ ਮੇਰੇ ਕੋਲ ਅੱਜ ਕੱਲ੍ਹ। ਊਂ ਆ ਕੇ ਜੀ ਤੂੰ ਵੱਡੀ ਗੱਡੀ ਗੇਨਵਾਂ, ਐਫ ਬੀ ਗੇਨਵਾਂ, ਛੋਟੀ ਗੇਨਵਾਂ, ਜੋ ਕਰੇ ਨਾ ਚਲਾਵੇਂ, ਡਰਾਈਵਰ ਖੜਾ ਬੈਠਾ ਰਹੇ, ਇਹਨਾਂ ਦਾ ਹਿਸਾਬ ਗੇਨ, ਇਹਨਾਂ ਦਾ ਕੰਮ ਕਰਾ, ਜੋ ਕਰੇ ਗੱਡੀਆਂ ਤੇਰੀਆਂ, ਚਲਾ ਸਕੇ ਚਲਾ, ਨਾ ਸਕੇ ਚਲਾ ਸਕੇ ਨਾ ਚਲਾ। ਇਹ ਐਫ ਬੀ ਖੜੀ ਹੈ, ਸ਼ਾਹਜ਼ੋਰ ਹੀ ਖੜੀ ਹੈ, ਇੱਥੇ ਛਿੱਕ ਵੰਜ, ਦਿਲਾ ਵੀ ਛਿੱਕ ਵੰਜ ਬਾਈ ਜਾਨ। ਮੈਂ ਸ਼ਾਹਜ਼ੋਰ ਉੱਥੋਂ ਖੜਾ ਕੇ ਐਫ ਬੀ ਛਿੱਕ ਆਇਆ, ਏ ਆਈ ਖੜੀ ਹੈ, ਇਹਦਾ ਕੰਮ ਹੀ ਡੇਰ ਸਾਰਾ ਤਲੂ ਗਲਿਆ ਖੜੇ, ਸੈਟਿੰਗ ਬੈਟਿੰਗ ਸਾਰੀ ਖਰਾਬ ਥਈ ਖੜੀ ਹੈ, ਅਤੇ ਹੁਣੀ ਕੋ ਗੇਨ ਵੇਸਾਂ ਮੁਲਤਾਨ, ਇਹਦੀ ਸੈਟਿੰਗ ਕਰਵੇ ਸਾਂ, ਅਤੇ ਹੁਣ ਹਾਜੀ ਨਦੀਮ ਆਖਾ ਪਿਆ ਕਿ ਤੂੰ ਮੇਰੇ ਨਾਲ ਆ, ਠੀਕ ਹੈ। ਹੁਣ ਤੁਸਾਂ ਦੱਸੋ, ਇੱਕ ਬੰਦੇ ਨਾਲ ਜ਼ਬਾਨ ਥੀ ਗਈ ਹੈ, ਸੌਦਾ ਥੀ ਗਏ, ਹਾਜੀ ਨਦੀਮ ਹੂੰ ਟਾਈਮ ਸੋਚਿਆ, ਹਾਜੀ ਨਦੀਮ ਮੇਰਾ ਭਰਾ ਹੈ, ਮੈਂ ਉਹ ਕਦਾਂ ਹੀ ਕਹਿ ਨਹੀਂ ਛੋੜਿਆ, ਹੁਣ ਵੀ ਮੈਂ ਉਹਦੇ ਨਾਲ ਹਾਂ, ਮੇਰੀ ਸਪੋਰਟ ਉਹਦੇ ਨਾਲ ਹੈ, ਹੈਲਪ ਉਹਦੇ ਨਾਲ, ਜੋ ਵੀ ਮੇਰੇ ਕੋਲ ਮੇਰੇ ਦਮ ਦੇ ਵਿੱਚ ਹਾਜੀ ਨਦੀਮ ਵਾਸਤੇ ਹਾਜ਼ਰ ਹੈ, ਮੈਂ ਉਹ ਕਹਿ ਨਹੀਂ ਛੋੜਿਆ। ਮਗਰ ਜਿਸ ਟਾਈਮ ਹਾਜੀ ਨਦੀਮ ਸੁਪਰ ਗਿਣਨ ਲੱਗਾ, ਉਹ ਐਫ ਬੀ ਦੇ ਵਿੱਚ ਮੇਰਾ ਸੌਦਾ ਨਾਲ ਕੀਤਾ, ਪੀਰ ਕੋ ਦਿੱਤੀ ਆਈ, ਅਤੇ ਉਹ ਡਾਂਦ ਕੋ ਕਹੇ ਆਖਿਆ, ਸਾਡੇ ਸਰੈਕਿਆਂ ਦੀ ਮਿਸਾਲ ਹੈ ਬਈ, ਮਾਲਕ ਡਾਂਦ ਵਹਿੰਦਾ ਵਧਾ, ਅਤੇ ਮਾਲਕ ਆਖਿਆ ਡਾਂਦ ਕੋ ਤੇ ਕੋ ਚੋਰ ਛਿੱਕ ਵੰਜੇ, ਨੂੰ ਆ ਕੇ ਚੋਰ ਛਿੱਕ ਵੇਸਨ, ਤਾਂ ਤੂੰ ਕਿਹੜਾ ਵੇਲਾ ਖੜਾਈ ਖੜੇ, ਤੂੰ ਹੀ ਹਲ ਵਹੇ ਨੇ ਮੇਰੇ ਨਾਲ, ਪਹਿਲੇ ਡਾਂਦਾ ਨਾਲ ਹਲ ਵਾਹਨੇ ਹਨ, ਚੋਰ ਹੀ ਹਲ ਵਹੇ ਸਨ, ਚੋਰਾਂ ਦੇ ਗਾਰੀ ਕੰਮ ਕਰਨਾ ਅਤੇ ਤੇਰੇ ਗਾਰੀ ਕੰਮ ਕਰਦਾ ਪਿਆ। ਤਾਂ ਮੇਰਾ ਬਿਰਾ, ਮੈਂ ਹਾਜੀ ਨਦੀਮ ਕੋਲੀ ਗੱਡੀ ਚਲਾਵਣੀ ਅਤੇ ਤਨਖਾਹ ਗਿਣਨੀ, ਪੀਰ ਕੋਲੂ ਗੱਡੀ ਚਲਾਵਣੀ ਅਤੇ ਤਨਖਾਹ ਗਿਣਨੀ, ਵੇਲਾ ਬਿਲਾ ਕੇ ਕੋਈ ਕਹਿ ਨਹੀਂ ਦਿੰਦਾ, ਜਿਹੜੇ ਇਹਦਾ ਵੀ ਕੰਮ ਕਰੇ ਸਾਂ ਤਾਂ ਉਹ ਮੈਂ ਕੋਈ ਸ਼ਾਇਦ ਦੇਸੀ, ਇਵੇਂ ਕੋਈ ਕਹਿ ਨਹੀਂ ਦਿੰਦਾ, ਠੀਕ ਹੈ ਬਾਈ ਜਾਨ। ਜੇ ਹਾਜੀ ਨਦੀਮ ਖੁਦ ਆਖ ਦਿੱਤਾ ਕਿ ਤੂੰ ਹਾਂ ਕਰ ਦੇ, ਸੌਦਾ ਕਰ ਦੇ ਐਫ ਬੀ ਦੇ ਬਦਲੇ, ਮੈਂ ਸੁਪਰ ਗਿਣਦੇ, ਤੂੰ ਹੀ ਐਫ ਬੀ ਵੰਜੇ, ਤੂੰ ਹੀ ਵੰਜ ਸੁਪਰ ਆ ਵੰਜੇ, ਤਾਂ ਬਾਈ ਜਾਨ ਸੁਪਰ ਮੈਂ ਉਹ ਗਿਣ ਦਿੱਤੀ ਆਈ, ਮੈਂ ਆਪਣਾ ਸੌਦਾ ਨਾਲ ਕੀਤਾ, ਉਹ ਗੱਡੀ ਆਈ ਖੜੀ ਹੈ ਮੇਰੇ ਕੋਲ, ਮੈਂ ਇਹ ਗੱਡੀ ਚੱਲੇ ਸਾਂ, ਲਿਹਾਜ਼ਾ ਇਹ ਮੇਰੀ ਮਜਬੂਰੀ ਹੈ ਕਿ ਮੈਂ ਜ਼ਬਾਨ ਤੋਂ ਕਹਿ ਨਹੀਂ ਫਿਰਦਾ, ਭਾਵੇਂ ਲੱਖਾਂ ਦਾ ਨੁਕਸਾਨ ਥੀਵੇ ਜਾਂ ਕੱਖਾਂ ਦਾ ਥੀਵੇ, ਮੈਂ ਆਪਣੀ ਜ਼ਬਾਨ ਤੋਂ ਕਹਿ ਨਹੀਂ ਫਿਰਦਾ। ਪੀਰ ਨਾਲ ਮੈਂ ਵਾਅਦਾ ਕੀਤਾ ਕਿ ਤੂੰ ਸੁਹਾਈ ਇਹ ਗਿਣ ਗਿਣ ਐਫ ਬੀ, ਅਤੇ ਐਫ ਬੀ ਮੈਂ ਤੇਰੀ ਸੰਭਲੇ ਸਾਂ, ਤਾਂ ਬਾਈ ਜਾਨ ਮੈਂ ਹੁਣ ਐਫ ਬੀ ਚਲਾਵਣੀ ਪਾਉਂਦੀ ਪਈ ਹੈ, ਬਾਕੀ ਮੈਂ ਉਹਨੂੰ ਡੀਜ਼ਲ ਦੀ ਟੈਂਕੀ ਵੀ ਭਰਾ ਦਿੱਤੀ ਹੈ, ਪੇਸ਼ਕੀ ਵੀ ਦਿੱਤੀ ਹੈ, ਡਰਾਈਵਰ ਵੀ ਦਿੱਤੇ, ਕੰਮ ਵੀ ਕਰਵਾ ਦਿੱਤੇ, ਸਾਰਾ ਕੁਝ ਕਰਾ ਕੇ ਓਕੇ ਕਲੀਅਰ ਕਰਾ, ਅਤੇ ਉਹਨੂੰ ਮੈਂ ਭੇਜੀ ਹੋ ਗਈ ਆ, ਵਧੇ ਪਿਸ਼ਾਵਰ ਆ ਵੇਂਦੇ, ਉਹਦੇ ਨਾਲ ਹੀ ਮੈਂ ਵੀਡੀਓ ਬਣੇ ਸਾਂ, ਤੁਹਾਡੇ ਸਾਹਮਣੇ ਗਿਣ ਕੇ ਆ ਸਾਂ, ਉਹਨੂੰ ਵੀ ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ। ਅਤੇ ਇਹ ਸਾਡੀ ਜਨਾਬ ਛੋਟੀ ਜਿਹੀ ਵੀਡੀਓ ਆਈ ਕਿ ਮੈਂ ਸੁਪਰ ਦੇ ਉੱਤੇ ਕਿਉਂ ਨਹੀਂ ਗਿਆ, ਹੀ ਵਾਸਤੇ ਨਹੀਂ ਗਿਆ ਕਿ ਸਾਡਾ ਸੌਦਾ ਐਫ ਬੀ ਦੇ ਨਾਲ ਥਿਆ ਹੋਇਆ ਆ ਮੇਰਾ, ਹਾਜੀ ਸਮੇਂ 'ਚ ਮੇਕੂ ਦਿੱਤੇ ਅਤੇ ਸੁਪਰ ਕੀਤੀ ਹੈ, ਐਫ ਬੀ ਦਿੱਤੀ ਹੈ, ਮੇਕੂ ਦਿੱਤੇ ਅਤੇ ਆਪਣੀ ਸੁਪਰ ਕੀਤੀ ਸੀ, ਹਾਜੀ ਸਾਹਿਬ ਤਾਂ ਮੇਰਾ ਸੌਦਾ ਕਰ ਛੋੜਿਆ, ਵੱਲ ਵੀ ਮੈਂ ਉਹ ਕਹਿ ਨਹੀਂ ਛੋੜਿਆ ਹਾਜੀ ਸਾਹਿਬ ਕੋ, ਉਹਦੇ ਨਾਲ ਹਾਂ, ਮੇਰੀ ਸਪੋਰਟ ਉਹਦੇ ਨਾਲ ਹੈ, ਔਰ ਨਾਲ ਰਹੇ ਹੋਏ ਸੀ, ਹਾਜੀ ਸਾਹਿਬ ਸਾਡਾ ਬਿਰਾ ਹੈ, ਕੋਈ ਐਸਾ ਮਸਲਾ ਕਹਿ ਨਹੀਂ, ਅਤੇ ਜ਼ਿੰਦਗੀ ਰਹੀ, ਅਤੇ ਇਵੇਂ ਅੱਛੀਆਂ ਅੱਛੀਆਂ ਵੀਡੀਓ ਮਲੂਮਾਤਾਂ ਗਿਣਦੇ ਹਾਜ਼ਰ ਥੀਂਦੇ ਰਹਾਂ, ਹੁਣ ਵੇਨਾ ਮੈਂ ਮੁਲਤਾਨ ਹੀ ਐਫ ਬੀ ਦਾ ਕੋਈ ਦੇਖਭਾਲ ਕਰੇ ਨਾ, ਡਰਾਈਵਰ ਪਿੰਡੀ 'ਚੋਂ ਆਇਆ ਬੈਠੇ ਐਫ ਬੀ ਵਾਸਤੇ, ਉਹ ਕੋ ਦੇਦਾਂ, ਅਤੇ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜੋ ਵੀ ਮਸਲਾ ਹੈ ਤੁਸੀਂ ਸਾਰਾ ਸ਼ੇਅਰ ਕਰੇ ਸੂ, ਹੁਣ ਤੁਸੀਂ ਸਾਕੋ ਇਜਾਜ਼ਤ ਦੇਸੋ, ਕਿਉਂਕਿ ਮੁਲਤਾਨ ਵੰਜਣੇ ਲੇਟ ਥੀਂਦਾ ਪਿਆ, ਵੱਲ ਮਿਲ ਸੂ, ਅੱਲਾ ਹਾਫਿਜ਼।